ਅਸੀਂ ਅੱਜ ਖੜੇ ਹਾਂ ਮਨਿਆਦੀ ਮਨਿਆਦੀ ਜਿਹੜਾ ਕਿ ਪਿੰਡ ਆ ਉੱਧਰ ਖੜੇ ਹਾਂ, ਦੂਸਰੀ ਔਰ ਤੇ ਜਿਹੜਾ ਭੇਡ ਪੱਤਣ ਆ, ਭੇਡ ਪੱਤਣ ਤੋਂ ਸੰਘ ਵਾਸਤੇ ਇੱਕ ਪੰਟੂਨ ਪੁੱਲ ਤਿਆਰ ਹੋਣ ਜਾ ਰਿਹਾ ਸੀ ਜੋ ਕਿ ਪਿਛਲੇ 1.5-2 ਸਾਲ ਤੋਂ ਅੜਿਆ ਪਿਆ ਵਾ। 3 ਵਾਰੀ ਇਹ ਪੁੱਲ ਦਾ ਜਿਹੜਾ ਉਦਘਾਟਨ ਹੋ ਚੁੱਕਾ ਵਾ। ਦੇਸ਼ ਰਾਜ ਧੁੱਗਾ ਜੀ ਵੱਲੋਂ ਇਹ ਜਿਹੜਾ ਕਿ ਪੰਟੂਨ ਪੁੱਲ ਪਾਸ ਕਰਵਾਇਆ ਸੀ। ਇਹ 2 ਕਰੋੜ 86 ਲੱਖ ਦੀ ਲਾਗਤ ਨਾਲ ਜਿਹੜਾ ਇਹ ਪੁੱਲ ਜਿਹੜਾ ਕਿ ਬਣਨ ਵਾਲਾ ਸੀ, ਪਰ ਅੱਧ ਵਾਟੇ ਜਿਹੜਾ ਪਿਆ ਹੋਇਆ ਵਾ। ਅਤੇ ਇੱਕ ਕੁਛ ਦਿਨ ਪਹਿਲਾਂ ਕਿ ਇੱਥੇ ਜਿਹੜੇ ਫੱਟੇ ਜਿਹੜੇ ਬੀੜੇ ਸਨ, ਜਿਹੜੇ ਕਿ ਪੁੱਲ ਦੇ ਉੱਤੇ ਜਿਹੜਾ ਪੰਟੂਨਾਂ ਦੇ ਉੱਤੇ ਜਿਹੜੇ ਫੱਟੇ ਬੀੜੇ ਸਨ, 40 ਦੇ ਕਰੀਬ ਜਿਹੜੇ ਫੱਟੇ ਆ, ਉਹ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਆ। ਅਤੇ ਦੱਸਿਆ ਗਿਆ ਵਾ ਇਹਨਾਂ ਨੇ ਸਾਰੇ ਇੱਥੇ ਜਿਹੜੇ ਪਿੰਡ ਦੇ ਲੋਕਾਂ ਨੇ ਕਿ ਇੱਥੇ ਜਿਹੜੇ ਫੱਟੇ ਬੀੜੇ ਹੋਏ ਸਨ ਉਹ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਆ। ਅਤੇ ਇੱਕ ਦੂਸਰੇ ਪਾਸੇ ਲੋਕਾਂ 'ਚ ਘੁਸਰ ਮੁਸਰ ਵੀ ਚੱਲ ਰਹੀ ਆ ਕਿ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਅਤੇ ਹੋਰ ਲੋਕਾਂ ਦੀ ਮਿਲੀ ਭੁਗਤ ਨਾਲ ਜਿਹੜਾ ਕਿ ਇਹ ਸਾਰਾ ਕੰਮ ਨੂੰ ਇਹ ਹੌਲੀ ਕਰ ਰਹੇ ਆ ਅਤੇ ਕੰਮ ਨੂੰ ਡੱਕ ਰਹੇ ਆ ਕਿ ਪਿਛਲੀ ਵਾਰ ਵਾਂਗੂ ਇਹ ਪੰਟੂਨ ਪੁੱਲ ਜਿਹੜਾ ਨਾ ਬਣੇ ਅਤੇ ਨਾ ਇਹ ਤਿਆਰ ਹੋਵੇ, ਅਤੇ ਜਿਹੜਾ ਕਿ ਲੋਕ ਫਿਰ ਬੇੜਿਆਂ ਰਾਹੀਂ ਤੰਗ ਹੋ ਕੇ ਦੂਸਰੀ ਔਰ 'ਤੇ ਜਾਣ, ਅਤੇ ਉਹਨਾਂ ਦਾ ਪਤਾ ਨਹੀਂ ਇਹਦੇ ਵਿੱਚ ਕੀ ਫਾਇਦਾ ਵਾ ਕੀ ਨੁਕਸਾਨ ਆ, ਕਿ ਜਿਹੜਾ ਕਿ ਪ੍ਰਸ਼ਾਸਨ ਆ ਉਹਦੀ ਮਿਲੀ ਭੁਗਤ ਨਾਲ ਹੀ ਸਾਰਾ ਕੰਮ। ਅਸੀਂ ਅੱਜ ਆਮ ਜਨਤਾ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ, ਅਤੇ ਜਿਹੜਾ ਪੰਟੂਨ ਪੁੱਲ ਜਿਹੜਾ ਬਣ ਜਿਹੜਾ ਅੱਧ ਵਾਟੇ ਪਿਆ ਹੋਇਆ ਵਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਨਾਂ ਦੱਸਿਓ ਗੁਰਪਿੰਦਰ ਸਿੰਘ ਜੀ। ਅਤੇ ਦੱਸੋਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਜਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ, ਅਤੇ ਜਿਹੜਾ ਪੰਟੂਨ ਪੁੱਲ 2 ਕਰੋੜ ਦੀ 86 ਲੱਖ ਦੀ ਲਾਗਤ ਨਾਲ ਜਿਹੜਾ ਬਣ ਰਿਹਾ ਸੀ, ਉਹਦੇ ਵਿੱਚ ਕੀ ਪ੍ਰਸ਼ਾਸਨ ਕੀ ਰੋਲ ਅਦਾ ਕਰ ਰਿਹਾ? ਪ੍ਰਸ਼ਾਸਨ ਕੁਛ ਵੀ ਨਹੀਂ ਜੀ, ਇੱਥੇ ਵੇਖਣ ਡੇ ਅਸੀਂ, ਕੋਈ ਇੱਥੇ ਕੋਈ ਤੰਬੂ ਨਹੀਂ ਲੱਗਾ, ਕੋਈ ਕੁਝ ਨਹੀਂ, ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ, ਇੱਥੇ ਜੀ ਕੋਈ ਫੱਟੇ, ਕੋਈ ਮਤਲਬ ਕੰਮ ਨਹੀਂ ਚੱਲ ਰਿਹਾ, ਕੁਛ ਵੀ ਨਹੀਂ ਮਤਲਬ ਦਿਖਾਈ ਦੇ ਰਿਹਾ ਜੀ ਸਾਨੂੰ। ਅਸੀਂ ਇੱਥੇ ਵੇਖਣ ਆਏ ਹਾਂ ਅਤੇ ਕੁਝ ਵੀ ਨਹੀਂ ਸਾਨੂੰ, ਕੋਈ JCP ਵਗੈਰਾ ਨਹੀਂ, ਕੋਈ ਕਰੇਨ ਵਗੈਰਾ ਨਹੀਂ, ਕੋਈ ਕੁਝ ਨਹੀਂ, ਸਭ ਇੱਦਾਂ ਪਿਆ ਜੀ ਕੰਮ। ਇੱਕ ਮਹੀਨਾ ਮਤਲਬ ਕਹਿੰਦਾ ਰਹਿ ਗਿਆ ਸੰਘ ਆਉਣ ਦੇ ਵਿੱਚ, ਕੁਛ ਵੀ ਨਹੀਂ ਆ ਮਤਲਬ ਕਹਿੰਦਾ ਇੱਥੇ, ਮੈਨੂੰ ਨਹੀਂ ਲੱਗਦਾ ਵੀ ਇਹ ਤਿਆਰ ਹੋਊਗਾ ਜੀ। ਅਤੇ ਅਸੀਂ ਗੱਲ ਕਰੀਏ ਤਾਂ ਜਿਹੜਾ ਕਿ ਇੱਕ ਮਹੀਨਾ ਜਿਹੜਾ ਕਿ ਜਿਹੜਾ ਸੰਘ ਉਹਨੂੰ ਰਹਿ ਗਿਆ ਵਾ, ਜਿਹੜਾ ਕਿ ਆਉਣਾ ਵਾ ਸੰਘ ਜਿਹੜਾ ਜੰਡਿਆਲਾ ਸੈਣੀ ਤੋਂ ਜਿਹੜਾ ਡੇਰਾ ਬਾਬਾ ਨਾਨਕ ਨੂੰ ਪੈਦਲ ਯਾਤਰਾ ਜਾਣੀ ਆ, ਉਹਦੇ ਵਿੱਚ ਇੱਕ ਮਹੀਨਾ ਰਹਿ ਗਿਆ ਵਾ। 2 ਮਾਰਚ ਨੂੰ ਜਿਹੜਾ ਕਿ ਸੰਘ ਇੱਥੋਂ ਲੰਘਣਾ ਵਾ, ਪਰ ਕੋਈ ਵੀ ਇੰਤਜ਼ਾਮ, ਕੋਈ ਅਰੇਂਜਮੈਂਟ ਇੱਥੇ, ਕੋਈ ਕਿਸੇ ਤਰ੍ਹਾਂ ਦਾ ਵੀ ਪ੍ਰਸ਼ਾਸਨ ਇੱਥੇ ਕੰਮ ਨਹੀਂ ਕਰ ਰਿਹਾ, ਅਤੇ ਪੂਰਾ ਢਿੱਲ ਜਿਹੜੀ ਪਈ ਹੋਈ ਆ। ਮੈਂ ਪ੍ਰਦੀਪ ਸਿੰਘ ਬੇਦੀ, ਰਾਜਤਿੰਦਰ ਸਿੰਘ ਰਿਆੜ ਦੇ ਨਾਲ, ਹਰਚੋਆ।